ਪੰਜਾਬ ਭਾਰਤ ਦੇ ਅਮਰੀਕਾ ਦੇ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀਆਂ ਦੇ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਰਜਨੀ ਕੌਰ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਦੇ ਸੀਐਮ ਅਮਰਿੰਦਰ ਸਿੰਘ ਨੇ ਸੈਨਾ ਦੁਆਰਾ ਸਿਵਲਿਨ ਪ੍ਰੋਜੈਕਟ ਕਰਾਏ ਜਾਣ ਉੱਤੇ ਆਪਤੀ ਜਤਾਈ ਅਤੇ ਪੰਜਾਬ ਪੁਲਿਸ ਨੂੰ ਲੱਗਦਾ ਹੈ ਕਿ ਰਾਜ ਵਿੱਚ ਆਤੰਕਵਾਦ ਦੀ ਵਾਪਸੀ ਹੋ ਰਹੀ ਹੈ। ਭਾਰਤ ਵਿੱਚ ਵਰਲਡ ਬੈਂਕ ਈਜ਼ ਆਫ ਡੂਇੰਗ ਬਿਜ਼ਨਸ ਗਲੋਬਲ ਰੈਂਕਿੰਗ ਦੀ ਸੂਚੀ ਵਿੱਚ ਭਾਰਤ 100ਵੇਂ ਥਾਂ ਦੇ ਅੰਦਰ ਆਇਆ ਅਤੇ ਮਹਾਰਾਸ਼ਟਰ ਸਰਕਾਰ ਨੇ ਸੈਨਾ ਨੂੰ 3 ਫੁੱਟ ਓਵਰ ਬ੍ਰਿਜਸ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ। ਅਮਰੀਕਾ ਵਿੱਚ ਪੈਦਲ ਯਾਤਰੀਆਂ ਉੱਤੇ ਇੱਕ ਟਰੱਕ ਤੇ ਚੜ ਜਾਣ ਤੋਂ 8 ਲੋਕਾਂ ਦੀ ਮੌਤ ਹੋ ਗਈ ਅਤੇ US ਮੈਗਜ਼ੀਨ ਨੇ ਸਾਬਕਾ RBI ਗਵਰਨਰ ਰਘੂਰਾਮ ਰਾਜਨ ਨੂੰ ਫੈਡਰਲ ਰਿਜ਼ਰਵ ਦੇ ਲਈ ਪਿਚ ਕੀਤਾ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।